ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪੰਜਾਬ ਮੇਰੀਓ ਐਸਟੀਵੀ ਤੇ ਮੈਂ ਸਰਬੀ ਸ਼ਰਮਾ ਇੱਕ ਵਾਰ ਫਿਰ ਤੋਂ ਆ ਚੁੱਕਿਆ ਅੱਜ ਦੇ ਪ੍ਰੋਗਰਾਮ ਖ ਬਣਾਵ ਲੈ ਕੇ ਜੀ ਹਾਂ ਪ੍ਰੋਗਰਾਮ ਦੇ ਵਿੱਚ ਅਕਸਰ ਹੀ ਅਸੀਂ ਗੱਲਬਾਤ ਕਰਦੇ ਆ ਵਿਦੇਸ਼ ਨਾਲ ਦੇਸ਼ ਨਾਲ ਜੁੜੀਆਂ ਹੋਈਆਂ ਕੁਝ ਖਾਸ ਖਬਰਾਂ ਦੇ ਉੱਤੇ ਸੋ ਨਜ਼ਰ ਮਾਰਦੇ ਆ ਤੇ ਇਹਨਾਂ ਦੇ ਉੱਤੇ ਵਿਸਤਾਰਪੂਰਵਕ ਤੁਹਾਨੂੰ ਤੁਹਾਡੇ ਨਾਲ ਚਰਚਾ ਕਰਦੇ ਆ ਅਕਸਰ ਮੈਂ ਇਹ ਵੀ ਗੱਲ ਕਰਦੀ ਆ ਕਿ ਕੈਨੇਡਾ ਅਮਰੀਕਾ ਦੇ ਵਿੱਚ ਸਾਡੇ ਪਾਰਟੀ ਵਸੇ ਹੋਏ ਨੇ ਤੇ ਇਹਦੀ ਗਿਣਤੀ ਵਾਦੀ ਜਾਰੀ ਘਟਦੀ ਜਾ ਰਹੀ ਹੈ ਤੋ ਇੱਕ ਗਿਣਤੀ ਜਿਹੜੀ ਨਾ ਹੁਣ ਲਗਾਤਾਰ ਵਧਦੀ ਜਾ ਰਹੀ ਹੈ ਇਹ ਮੈਂ ਇਸ ਕਰਕੇ ਕਹਿ ਰਹੀਆਂ ਕਿਉਂਕਿ ਐਸੀ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਹੈ ਰਿਪੋਰਟ ਵਿੱਚ ਇਹ ਹੋਇਆ ਕਿ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਣ ਵਾਲੇ ਗੈਰ ਪ੍ਰਵਾਸੀਆਂ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ ਉਹ ਅਸੀਂ ਸਭ ਜਾਣਦੇ ਹਾਂ ਕਿ ਗੈਰ ਪ੍ਰਵਾਸੀ ਤਰੀਕੇ ਦੇ ਨਾਲ ਹਰ ਕੋਈ ਉੱਥੇ ਜਾਣਾ ਚਾਹੁੰਦਾ ਹੈ ਸੋ ਕੈਨੇਡਾ ਤੋਂ ਅਮਰੀਕਾ ਇੰਡੀਆ ਤੋਂ ਅਮਰੀਕਾ ਜਾਣ ਵਾਸਤੇ ਹਮੇਸ਼ਾ ਅਲੱਗ-ਅਲੱਗ ਰਸਤੇ ਬਣਾਏ ਜਾਂਦੇ ਨੇ ਲੋਕ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਵਸਣਾ ਚਾਹੁੰਦੇ ਨੇ ਤੇ ਉੱਥੇ ਦਾਖਲ ਹੋਣਾ ਚਾਹੁੰਦੇ ਨੇ ਇਹ ਰੁਝਾਨ ਘਟਣ ਦੀ ਬਜਾਏ ਲਗਾਤਾਰ ਵਧਦਾ ਜਾ ਰਿਹਾ ਸੋ ਕੈਨੇਡਾ ਤੋਂ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਨ ਵਾਲੇ ਗੈਰ ਦਸਤਾਵੇਜ਼ ਭਾਰਤੀ ਪ੍ਰਵਾਸੀਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਆਂਕੜਿਆਂ ਦੇ ਅਨੁਸਾਰ 2023 ਦੀ ਗੱਲ ਕਰੀਏ ਤਾਂ 2023 ਦੇ ਵਿੱਚ 30010 ਭਾਰਤੀ ਨਾਗਰਿਕ ਫੜੇ ਗਏ ਸਨ US ਕਸਟਮਸ ਐਂਡ ਬਾਰਡਰ ਪ੍ਰੋਡਕਸ਼ਨ ਨੇ ਇੱਕ ਰਿਪੋਰਟ ਵਿੱਚ ਇਹ ਕਿਹਾ ਹੈ ਕਿ 2021 ਵਿੱਚ ਮਹਾਮਾਰੀ ਦੇ ਸਮੇਂ ਇਹ ਗਿਣਤੀ ਸਿਰਫ 2225 ਸੀ 1 ਅਕਤੂਬਰ ਤੋਂ ਸ਼ੁਰੂ ਹੋਏ ਇਸ ਵਿੱਤੀ ਸਾਲ ਦੇ ਵਿੱਚ 16222 ਹੋਰ ਪ੍ਰਵਾਸੀ ਐਡ ਹੋ ਗਏ। ਸੋ ਭਾਰਤੀਆਂ ਦਾ ਅਮਰੀਕਾ ਵਿੱਚ ਗੈਰ ਦਸਤਾਵੇਜ਼ੀ ਪ੍ਰਵਾਸੀਆ ਦਾ ਤੀਜਾ ਸਭ ਤੋਂ ਵੱਡਾ ਸਮੂਹ ਹੈ। ਯਾਨੀ ਕਿ ਭਾਰਤ ਤੀਜਾ ਸਭ ਤੋਂ ਵੱਡਾ ਦੇਸ਼ ਬਣ ਚੁੱਕਿਆ ਹੈ। ਸੋ ਇਹ ਸਾਰਾ ਕੰਮ ਜਿਹੜਾ ਹੈ ਉਹ ਫਿਕਸਰਾਂ ਦੇ ਵੱਲੋਂ ਕੀਤਾ ਜਾਂਦਾ ਹੈ। ਫਿਕਸਰ ਜਿਹੜੇ ਨੇ ਵੱਡੀ ਰਕਮ ਮਤਾ ਕਰਦੇ ਨੇ ਤੇ ਲੋਕਾਂ ਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਕਰਵਾਉਂਦੇ ਨੇ। ਜਿਸ ਦੀ ਜ਼ਿੰਮੇਵਾਰੀ ਅੱਗੇ ਜਾ ਕੇ ਉਹਨਾਂ ਦੀ ਵੀ ਨਹੀਂ ਹੁੰਦੀ। ਉਹਨਾਂ ਦਾ ਮਕਸਦ ਸਿਰਫ ਗੈਰ ਕਾਨੂੰਨੀ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਦਾਖਲ ਕਰਵਾਉਣਾ ਹੁੰਦਾ ਹੈ। ਲੋਕੀ ਗੈਰ ਕਾਨੂੰਨੀ ਢੰਗ ਦੇ ਨਾਲ ਰਾਜ ਅਮਰੀਕਾ ਤੱਕ ਪਹੁੰਚਦੇ ਹਨ ਜਿਸ ਲਈ ਉਹ ਮਦਦ ਕਰਦੇ ਹਨ ਸੋ ਕਿੰਨੇ ਡਾਲਰਾਂ ਦੇ ਵਿੱਚ ਉਹਨਾਂ ਤੋਂ ਰਕਮ ਵਸੂਲੀ ਜਾਂਦੀ ਹੈ ਕੁਝ ਪ੍ਰਵਾਸੀ ਮੈਕਸੀਕੋ ਜਾਂ ਕੈਨੇਡਾ ਪਹੁੰਚਣ ਤੋਂ ਪਹਿਲਾਂ ਕਈ ਦੇਸ਼ਾਂ ਵਿੱਚ ਲੰਘਦੇ ਹਨ ਫਿਰ ਆਕਰਕਰ ਅਮਰੀਕਾ ਦੀ ਸਰਹੱਦ ਪਾਰ ਕਰਦੇ ਹਨ ਉਥੇ ਮੈਰੀਲੈਂਡ ਦੇ ਇੱਕ ਇਮੀਗ੍ਰੇਸ਼ਨ ਵਕੀਲ ਨੇ ਇੱਕ ਗੱਲ ਕਹੀ ਹੈ ਕਿ ਚੌਣਾ ਦਾ ਵੇਲਾ ਚੱਲ ਰਿਹਾ ਹੈ ਚਾਹੇ ਉਹ ਇੰਡੀਆ ਦਾ ਹੋਵੇ ਚਾਹੇ ਅਮਰੀਕਾ ਦਾ ਸੋ ਇਹ ਜਿਹੜਾ ਮੌਕਾ ਦੇ ਸਕਦੇ ਨੇ ਹੋਰ ਵੀ ਜ਼ਿਆਦਾ ਲੋਕਾਂ ਨੂੰ ਕ੍ਰੋਸਿੰਗ ਕਰਨ ਲਈ ਪ੍ਰੇਰਿਤ ਕਰ ਸਕਦੇ ਹਨ ਭਾਰਤੀ ਦੂਤਕਰ ਨੇ ਕਾਨੂੰਨੀ ਦਾਖਲੇ ਦੀ ਸਹੂਲਤ ਦਿੰਦੇ ਹੋਏ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਮਨੁੱਖੀ ਤਸਕਰੀ ਦੇ ਨਾਲ ਨਜਿੱਠਣ ਦੇ ਲਈ ਅਮਰੀਕੀ ਸਰਕਾਰ ਦੇ ਨਾਲ ਸਹਿਯੋਗ ਕਰਨ ਦਾ ਵਾਅਦਾ ਕੀਤਾ ਹੈ ਪਰ ਇਹ ਵਾਅਦਾ ਕਦੋਂ ਤੱਕ ਚੱਲਦਾ ਹੈ ਇਸ ਦਾ ਕੁਝ ਨਹੀਂ ਪਤਾ ਕਿਉਂਕਿ ਗੈਰ ਕਾਨੂੰਨੀ ਤਰੀਕੇ ਦੇ ਨਾਲ ਪਰਵਾਸੀ ਜਿਹੜੇ ਨੇ ਲਗਾਤਾਰ ਅਮਰੀਕਾ ਵਿੱਚ ਦਾਖਲ ਹੋ ਰਹੇ ਨੇ ਇਹ ਨਹੀਂ ਹੈ ਕਿ ਸਾਰੇ ਦੇ ਸਾਰੇ ਅਮਰੀਕਾ ਦੇ ਵਿੱਚ ਦਾਖਲ ਹੋ ਪਾਉਂਦੇ ਨੇ ਉਸ ਵਿੱਚ ਬਹੁਤ ਸਾਰੇ ਐਸੇ ਨੇ ਜੋ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕਤੇ ਹੁਣ ਅਗਰ ਭਾਰਤ ਦੀ ਗੱਲ ਕਰੀਏ ਤੇ ਭਾਰਤ ਇੱਕ ਐਸਾ ਦੇਸ਼ ਬਣ ਚੁੱਕਿਆ ਹੈ ਜਿਸ ਦੇ ਵਿੱਚ ਸਭ ਤੋਂ ਜ਼ਿਆਦਾ ਮਾਤਰਾ ਮਤਲਬ ਜਿਹੜੇ ਸਭ ਤੋਂ ਜ਼ਿਆਦਾ ਲੋਕ ਜਿਹੜੇ ਨੇ ਉਹ ਅਮਰੀਕਾ ਜਾਣਾ ਚਾਹੁੰਦੇ ਨੇ ਤੇ ਸਭ ਤੋਂ ਜ਼ਿਆਦਾ ਲੋਕ ਅਮਰੀਕਾ ਗਏ ਵੀ ਨੇ ਸੋ 30000 ਤੋਂ ਵੱਧ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਗੈਰ ਕਾਨੂੰਨੀ ਤੰਗ ਦੇ ਨਾਲ ਅਮਰੀਕਾ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਹੇ ਸੀ ਇਹ ਆંકੜੇ 2023 ਦੇ ਨੇ 2024 ਦੀ ਗੱਲ ਕੀਤੀ ਜਾਵੇ ਤੇ 2024 ਦੀ ਸ਼ੁਰੂਆਤ ਹੋ ਚੁੱਕੀ ਹੈ ਔਰ 2024 ਦੇ ਸ਼ੁਰੂਆਤ ਦੇ ਵਿੱਚ ਯਾਨੀ ਕਿ ਇੰਨਾ 3-4 ਮਹੀਨਿਆਂ ਦੇ ਵਿੱਚ ਹੀ ਅਮਰੀਕਾ ਦੇ ਵੱਲੋਂ ਬਹੁਤ ਸਾਰੇ ਗੈਰ ਪ੍ਰਵਾਸੀ ਲੋਕ ਫੜੇ ਵੀ ਜਾ ਚੁੱਕੇ ਨੇ ਜਿਸ ਦੇ ਆંકੜੇ ਤਾਂ ਸਾਲ ਦੇ ਐਂਡ ਤੱਕ ਪਤਾ ਲੱਗਣਗੇ ਕਿ ਕਿੰਨੇ ਭਾਰਤੀਆਂ ਨੂੰ ਤੇ ਕਿੰਨੇ ਬਾਕੀ ਦੇਸ਼ਾਂ ਦੇ ਪ੍ਰਵਾਸੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਪਰ ਇਹ ਮਾਮਲਾ ਬਹੁਤ ਜ਼ਿਆਦਾ ਹੀ ਸੰਜੀਦਾ ਹੁੰਦਾ ਜਾ ਰਿਹਾ ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਕ੍ਰੇਜ਼ ਹੈ ਅਮਰੀਕਾ ਜਾਣ ਦਾ ਉਹ ਘਟਦਾ ਹੋਇਆ ਨਜ਼ਰ ਨਹੀਂ ਆ ਰਿਹਾ ਭਾਰਤ ਦੇ ਵਿੱਚੋਂ ਠੇਕੇ ਤੋਂ ਸ਼ਰਾਬ ਚੋਰੀ ਹੋ ਜਾਵੇ ਅਸੀਂ ਇਦਾਂ ਦੀ ਬੜੀਆਂ ਸਾਰੀਆਂ ਖਬਰਾਂ ਸੁਣਦੇ ਆਂ ਔਰ ਇਸ ਤੋਂ ਇਲਾਵਾ ਹੋਰ ਕਿਤੇ ਵੀ ਕੋਈ ਚੋਰੀ ਹੋ ਜਾਵੇ ਉਹ ਸਾਡੇ ਲਈ ਆਮ ਗੱਲਾਂ ਹੋ ਜਾਂਦੀਆਂ ਪਰ ਸ਼ਰਾਬ ਦੇ ਠੇਕੇ ਤੋਂ ਸ਼ਰਾਬ ਦੀਆਂ ਬੋਤਲਾਂ ਚੋਰੀ ਕਰਨ ਦੀ ਘਟਨਾ ਅਗਰ ਮੁਲਕ ਦੇ ਵਿੱਚ ਬਾਹਰ ਕਿਸੇ ਮੁਲਕ ਦੇ ਵਿੱਚ ਵਾਪਰੇ ਤੇ ਇਸ ਦੇ ਉੱਤੇ ਚਰਚਾ ਕਰਨੀ ਲਾਜ਼ਮੀ ਬਣ ਜਾਂਦੀ ਹੈ ਜੀ ਹਾਂ ਕੈਨੇਡਾ ਦੇ ਵਿੱਚ ਵੀ ਸ਼ਰਾਬ ਦੀ ਚੋਰੀ ਨਹੀਂ ਕੀਤੀ ਗਈ ਬਲਕਿ ਸ਼ਰੀਆਮ ਡਾਕਾ ਮਾਰਿਆ ਗਿਆ ਲੁਟੇਰੇ ਠੇਕੇਦਾਰ ਸ਼ਰਾਬ ਦੇ ਬੈਗ ਭਰ ਕੇ ਲੈ ਗਏ ਉਹਨਾਂ ਦੇ ਨਾਲ ਇੱਕ ਔਰਤ ਵੀ ਸ਼ਾਮਲ ਸੀ ਦਰਸਲ ਕੈਨੇਡਾ ਵਿੱਚ ਦੋ ਪੁਰਸ਼ ਤੇ ਇੱਕ ਮਹਿਲਾ ਵੱਲੋਂ ਠੇਕੇਦਾਰ ਸ਼ਰਾਬ ਲੁੱਟਣ ਦੀ ਘਟਨਾ ਸਾਹਮਣੇ ਆਈ ਹੈ ਇਸ ਘਟਨਾ ਸੰਬੰਧੀ ਲੰਘੇ ਦਿਨ ਤੋਂ ਵੀਡੀਓ ਵਾਇਰਲ ਵੀ ਹੋ ਰਹੀ ਹੈ ਜਿਸ ਵਿੱਚ ਦੋ ਪੁਰਸ਼ ਤੇ ਇੱਕ ਔਰਤ ਸ਼ਰਾਬ ਸਟੋਰ ਲੁੱਟਦੇ ਹੋਏ ਦਿਖਾਈ ਦੇ ਰਹੇ ਹਨ ਚਰਚਾ ਹੈ ਕਿ ਸ਼ਰਾਬ ਦਾ ਠੇਕਾ ਲੁੱਟਣ ਵਾਲੇ ਪੰਜਾਬੀ ਸਨ ਪਰ ਅਜੇ ਤੱਕ ਇਸ ਦੀ ਕੋਈ ਪੁਸ਼ਟੀ ਨਹੀਂ ਹੋ ਸકી ਹੈ ਵੀਡੀਓ ਦੇ ਮੁਤਾਬਿਕ ਤਿੰਨੇ ਜਣੇ ਵੱਡੇ ਬੈਗ ਵਿੱਚ ਸ਼ਰਾਬ ਦੀਆਂ ਬੋਤਲਾਂ ਪਾ ਕੇ ਬਿਨਾਂ ਅਦਾਇਗੀ ਕੀਤੇ ਜਬਰੀਲੇ ਜਾਣ ਲੱਗਦੇ ਹਨ ਤਉਤੇ ਘੜਾ ਇੱਕ ਗੋਰਾ ਗ੍ਰਾਹਕ ਉਹਨਾਂ ਦੋਵਾਂ ਪੁਰਸ਼ਾਂ ਨੂੰ ਘਸੌਣ ਮਾਰ ਕੇ ਰੋਕਣ ਦਾ ਯਤਨ ਕਰਦਾ ਹੈ ਇਸ ਦੌਰਾਨ ਔਰਤ ਪਰੇ ਹੋਏ ਬੈਗਸਟੋਰ ਤੋਂ ਬਾਹਰ ਲੈ ਜਾਂਦੀ ਦਿਖਾਈ ਦੇ ਰਹੀ ਹੈ ਤੇ ਸਟੋਰ ਦਾ ਮੈਨੇਜਰ ਸਰੀਰਕ ਨੁਕਸਾਨ ਦੇ ਡਰੋਂ ਕੁੱਟਮਾਰ ਕਰਨ ਵਾਲੇ ਨੌਜਵਾਨਾਂ ਨੂੰ ਉੱਥੋਂ ਜਾਣ ਦੇਣ ਲਈ ਆਖਦਾ ਹੈ ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਤਿੰਨੋਂ ਜਣੇ ਹਰਕਤਾ ਤੋਂ ਦੱਖਣੇਸ਼ੀਅਾਈ ਲੱਗਦੇ ਹਨ ਜਦਕਿ ਵੀਡੀਓ ਤੇ ਟਿੱਪਣੀਆਂ ਕਰਨ ਵਾਲਿਆਂ 'ਚੋਂ ਕੁਝ ਉਹਨਾਂ ਨੂੰ ਪਛਾਣਦੇ ਹੋਏ ਪੰਜਾਬੀ ਮੂਲ ਦੇ ਦੱਸ ਰਹੇ ਹਨ ਲਿਕਰ ਕੰਟਰੋਲ ਬੋਰਡ ਅੰਟੋਰੀਆ ਦੇ ਲੇਬਲ ਵਾਲਾ ਉਕਤ ਠੇਕਾ ਟੋਰਾਂਟੋ ਵਿੱਚ ਦੱਸਿਆ ਜਾ ਰਿਹਾ ਹੈ ਪਰ ਟੋਰਾਂਟੋ ਪੁਲਿਸ ਨੇ ਇਸ ਬਾਰੇ ਚੁੱਪੀ ਸਾਦੀ ਹੋਈ ਹੈ ਅੰਟੋਰੀਆ ਚ ਸ਼ਰਾਬ ਵਿਕਰੀ ਦਾ ਸਾਰਾ ਕੰਟਰੋਲ ਸੂਬਾ ਸਰਕਾਰ ਕੋਲ ਹੈ ਤੇ ਸਾਰੇ ਸ਼ਰਾਬ ਸਟੋਰਾਂ ਦਾ ਸੰਚਾਲਨ ਵੀ ਸਰਕਾਰ ਹੀ ਕਰਦੀ ਹੈ ਵਾਇਰਲ ਹੋਈ ਇਹ ਵੀਡੀਓ ਸਟੋਰ ਅੰਦਰਲੇ ਸੀਸੀਟੀਵੀ ਕਵਰੇਜ ਨੂੰ ਲਈ ਗਈ ਹੈ ਸੋ ਜਿਹੜੇ ਸਟੋਰ ਦੇ ਅੰਦਰ ਕੈਮਰੇ ਲੱਗੇ ਸੀ ਉਸ ਵਿੱਚੋਂ ਸੀਸੀਟੀਵੀ ਫੂਟੇਜ ਲਈ ਗਈ ਹੈ ਜਿਸ ਵਿੱਚ ਤਿੰਨ ਜਾਣੇ ਜਿਹੜੇ ਨੇ ਸ਼ਰਾਬ ਦੇ ਠੇਕੇ ਨੂੰ ਲੁੱਟਣ ਦੀ ਕੋਸ਼ਿਸ਼ ਕਰ ਰਹੇ ਨੇ ਉਹ ਵੀ ਸਰਿਆਮ ਡਾਕਾ ਮਾਰਿਆ ਜਾ ਰਿਹਾ ਜਿਸ ਨੂੰ ਰੋਕਣ ਵਾਲਾ ਵੀ ਕੋਈ ਨਹੀਂ ਹੈ ਐਸੀ ਘਟਨਾ ਅਸੀਂ ਅਕਸਰ ਹੀ ਭਾਰਤ ਵਿੱਚ ਦੇਖਦੇ ਹਾਂ ਪਰ ਹੁਣ ਕੈਨੇਡਾ ਦੇ ਵਿੱਚ ਵੀ ਇਸ ਘਟਨਾ ਨੂੰ ਦੇਖ ਕੇ ਨੂੰ ਮਿਲਿਆ ਪਰ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਸ ਉੱਤੇ ਇਲਜ਼ਾਮ ਪੰਜਾਬੀਆਂ ਦਾ ਲਗਾਇਆ ਜਾ ਰਿਹਾ ਹੈ ਕਿ ਪੰਜਾਬੀਆਂ ਨੇ ਇੱਥੇ ਡਾਕਾ ਮਾਰਿਆ ਹੈ ਕਿਉਂਕਿ ਪੰਜਾਬੀ ਕੈਨੇਡਾ ਦੇ ਵਿੱਚ ਸ਼ਾਇਦ ਜ਼ਿਆਦਾ ਵੱਸਦੇ ਨੇ ਇਸ ਕਰਕੇ ਹਰ ਪਾਸੇ ਹਰ ਗੱਲ ਨੂੰ ਲੈ ਕੇ ਕੈਨੇਡਾ ਦੇ ਵਿੱਚ ਪੰਜਾਬੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਸ ਵਿੱਚ ਹਲੇ ਸਾਬਤ ਨਹੀਂ ਹੋ ਪਾਇਆ ਹੈ ਯਾਨੀ ਕਿ ਹਲੇ ਇਹ ਯਕੀਨੀ ਤੌਰ ਤੇ ਨਹੀਂ ਕਿਹਾ ਜਾ ਸਕਦਾ ਕਿ ਇਹ ਜਿੰਨੇ ਵੀ ਨੌਜਵਾਨ ਨੇ ਜਾਂ ਜਿੰਨੇ ਵੀ ਇਸ ਵੀਡੀਓ ਵਿੱਚ ਦੇਖੇ ਜਾ ਰਹੇ ਨੇ ਉਹ ਸਾਰੇ ਦੇ ਸਾਰੇ ਪੰਜਾਬੀ ਹਨ ਇਸ ਵਿੱਚ ਕੋਈ ਸੀ ਹੋਰ ਦੇਸ਼ ਦੇ ਵੀ ਸ਼ਾਮਲ ਹੋ ਸਕਦੇ ਨੇ ਪਰ ਬਿਨਾਂ ਇਹ ਜਾਣੇ ਕਿ ਉਹ ਕਿਸ ਮੁਲਕ ਦੇ ਨੇ ਔਰ ਉਹਨਾਂ ਤੇ ਇਲਜ਼ਾਮ ਲਗਾ ਦੇਣਾ ਇਹ ਸਾਰਾ ਸਰ ਗਲਤ ਹੈ ਇਹ ਪੰਜਾਬੀਆਂ ਦੀ ਮਾਨੂ ਇੱਕ ਸਾਬਦਾ ਤੱਕ ਹੈ ਜਦੋਂ ਤੁਸੀਂ ਵੀਡੀਓ ਦੇ ਵਿੱਚ ਪੰਜਾਬੀਆਂ ਨੂੰ ਬਿਨਾਂ ਗੱਲ ਤੋਂ ਬਦਨਾਮ ਕਰ ਦੋ ਹੁਣ ਗੱਲ ਕਰਦੇ ਹਾਂ ਇੱਕ ਐਸੇ ਮਸਾਲੇ ਦੀ ਜੋ ਅੱਜ ਕੱਲ੍ਹ ਕਾਫੀ ਚਰਚਾ ਦੇ ਵਿੱਚ ਬਣਿਆ ਹੋਇਆ ਇਹ ਮਸਾਲਾ ਕਾਫੀ ਸਾਲਾਂ ਪਹਿਲਾਂ ਚਰਚਾ ਦੇ ਵਿੱਚ ਤਾਂ ਸੀ ਕਿਉਂਕਿ ਇਸ ਮਸਾਲੇ ਨੇ ਹਰ ਪਾਸੇ ਵਾਹਵਾਹੀ ਲੁੱਟੀ ਹੋਈ ਸੀਗੀ ਔਰ ਇਸ ਮਸਾਲੇ ਦੇ ਹਰ ਘਰ ਦੇ ਵਿੱਚ ਦੇਖਿਆ ਜਾਂਦਾ ਸੀ ਅੱਜ ਵੀ ਇਹਨਾਂ ਮਸਾਲਿਆਂ ਨੂੰ ਘਰਾਂ ਦੇ ਵਿੱਚ ਦੇਖਿਆ ਜਾਂਦਾ ਹੈ ਕਿਉਂਕਿ ਫੂਡ ਦੇ ਯਾਨੀ ਖਾਣੇ ਦੇ ਸਵਾਦ ਨੂੰ ਪਧਾਉਣ ਵਾਸਤੇ ਅਸੀਂ ਇਹਨਾਂ ਸਾਰੇ ਮਸਾਲਿਆਂ ਦੀ ਵਰਤੋਂ ਕਰਦੇ ਹਾਂ ਤਾਂ ਕਿ ਸਾਡਾ ਖਾਣਾ ਹੋਰ ਵੀ ਲਾਜਵਾਬ ਤੇ ਸੁਆਦਿਸ਼ਟ ਪੰਜਾਵੇ ਪਰ ਕੀ ਹੋਏਗਾ ਜੇ ਇਹੀ ਮਸਾਲੇ ਸਾਡੀ ਸਿਹਤ ਨੂੰ ਨੁਕਸਾਨ ਪਹੁੰਚਾਉਣ ਔਰ ਇਨਾਂ ਦੇ ਵਿੱਚ ਹੋਈ ਸਾਨੂੰ ਕੈਂਸਰ ਦਾ ਖਤਰਾ ਪੈਦਾ ਹੋਵੇ ਜਿਹੜਾ ਮੈਂ ਇਹ ਗੱਲ ਕਰ ਰਹੀ ਹਾਂ ਐਮ ਡੀ ਐਚ ਤੇ ਐਵਰੇਸਟ ਵਰਗੇ ਮਸਾਲਿਆਂ ਦੀ ਜੋ ਕਿ ਅੱਜ ਕੱਲ ਚਰਚਾ ਦੇ ਵਿੱਚ ਨੇ ਚਰਚਾ ਵਿੱਚ ਇਸ ਕਰਕੇ ਨੇ ਕਿਉਂਕਿ ਇਹਨਾਂ ਦੋਨਾਂ ਤੇ ਬੈਨ ਲੱਗ ਚੁੱਕਿਆ ਹੈ ਵਿਦੇਸ਼ਾਂ ਦੇ ਵਿੱਚ ਇਹਨਾਂ ਮਸਾਲਿਆਂ ਨੂੰ ਬੈਨ ਕਰ ਦਿੱਤਾ ਗਿਆ ਹੈ ਹਾਂਗਕਾਂਗ ਦੇ ਵਿੱਚ ਇਸ ਨੂੰ ਬੈਨ ਕੀਤਾ ਗਿਆ ਹੈ ਪਰ ਹੁਣ ਭਾਰਤ ਦੇ ਵਿੱਚ ਇਹ ਗੱਲ ਕਰੀਏ ਤੇ ਭਾਰਤ ਦੇ ਵਿੱਚ ਮਸਾਲੇ ਬੈਨ ਨਹੀਂ ਨੇ ਕਿਉਂਕਿ ਭਾਰਤ ਦੇ ਵਿੱਚ ਇਹ ਮਸਾਲੇ ਸਭ ਤੋਂ ਜ਼ਿਆਦਾ ਚੱਲਣ ਵਾਲੇ ਨੇ ਹੌਲੀ-ਹੌਲੀ ਇਹਨਾਂ ਮਸਾਲਿਆਂ ਨੇ ਪੂਰੀ ਦੁਨੀਆ ਦੇ ਵਿੱਚ ਆਪਣਾ ਕਾਰੋਬਾਰ ਸਥਾਪਿਤ ਕੀਤਾ ਹੈ ਯਾਨੀ ਕਿ ਵਿਦੇਸ਼ਾਂ ਦੇ ਵਿੱਚ ਵੀ ਇਹਨਾਂ ਮਸਾਲਿਆਂ ਦੇ ਵਿਕਰੀ ਹੁੰਦੀ ਹੈ ਪਰ ਹੁਣ ਵਿਦੇਸ਼ਾਂ ਦੇ ਵਿੱਚ ਇਨ੍ਹਾਂ ਮਸਾਲਿਆਂ ਨੂੰ ਇਸ ਕਰਕੇ ਬੈਨ ਕੀਤਾ ਗਿਆ ਕਿਉਂਕਿ ਇਹ ਸਿਹਤ ਨੂੰ ਨੁਕਸਾਨ ਪਹੁੰਚਾ ਰਹੇ ਨੇ ਔਰ ਲੋਕਾਂ ਨੂੰ ਇਹ ਸਲਾਹ ਦਿੱਤੀ ਗਈ ਹੈ ਕਿ ਇਨ੍ਹਾਂ ਮਸਾਲਿਆਂ ਨੂੰ ਬਿਲਕੁਲ ਵੀ ਇਸਤੇਮਾਲ ਨਾ ਕਰੋ ਅਗਰ ਲੋਕਾਂ ਦੇ ਖਾਣੇ ਵਿੱਚ ਮਸਾਲੇ ਪਏ ਨੇ ਉਹ ਘਰ ਦੇ ਵਿੱਚ ਵੀ ਇਹਨਾਂ ਨੂੰ ਇਸਤੇਮਾਲ ਨਾ ਕਰਨ ਅਗਰ ਜਿਹਨਾਂ ਨੇ ਨਹੀਂ ਖਰੀਦੇ ਉਹ ਇਨ੍ਹਾਂ ਮਸਾਲਿਆਂ ਨੂੰ ਨਾ ਖਰੀਦਣ ਪਰ ਹੁਣ ਇਸ ਨੂੰ ਲੈ ਕੇ ਕੰਪਨੀ ਦੇ ਬੁਲਾਰੇ ਨੇ ਇਹ ਕਹਿਣਾ ਕਿ ਚਿੰਤਾ ਕਰਨ ਦੀ ਕੋਈ ਗੱਲ ਨਹੀਂ ਹੈ ਜਿਹਾ ਤੁਹਾਨੂੰ ਦੱਸਿਆ ਕਿ ਐਵਰੇਸਟ ਫੂਡ ਪ੍ਰੋਡਕਟਸ ਨੇ ਅਕ ਇਹ ਕਿ ਹਾਂ ਕਿ ਉਸ ਦੇ ਸਾਰੇ ਉਤਪਾਦ ਸੁਰੱਖਿਤ ਅਤੇ ਉੱਚ ਗੁਣਵੱਤਾ ਵਾਲੇ ਹਨ ਕੰਪਨੀ ਨੇ ਇਹ ਗੱਲ ਸਿੰਗਾਪੁਰ ਅਤੇ ਹਾਂਗਕਾਂਗ ਵਿੱਚ ਐਵਰੇਜ ਦੇ ਮਸਾਲੇ ਉਤਪਾਦ ਦੀ ਗੁਣਵੱਤਾ ਨੂੰ ਲੈ ਕੇ ਉਠਾਏ ਜਾ ਰਹੇ ਸਵਾਲਾਂ درمیان ਕਹੀ ਹੈ ਐਵਰੇਜ ਦੇ ਬਿਆਨ ਚ ਇਹ ਕਿਹਾ ਹੈ ਕਿ ਸਾਡੇ ਉਤਪਾਦਾਂ ਤੇ ਕਿਸੇ ਵੀ ਦੇਸ਼ ਤੇ ਪਾਬੰਦੀ ਨਹੀਂ ਹੈ ਐਵਰੇਜ ਦੇ ਸਾਰੇ ਉਤਪਾਦਾਂ ਵਿੱਚੋਂ ਸਿਰਫ ਇੱਕ ਹੀ ਟੈਸਟਿੰਗ ਲਈ ਰੱਖਿਆ ਗਿਆ ਹੈ ਇਹ ਇੱਕ ਮਿਆਰੀ ਪ੍ਰਕਿਰਿਆ ਹੈ ਕੋਈ ਪਾਬੰਦੀਆਂ ਨਹੀਂ ਹਨ ਕੰਪਨੀ ਦੇ ਬੁਲਾਰੇ ਨੇ ਕਿਹਾ ਅਸੀਂ ਆਪਣੇ ਗ੍ਰਾਹਕਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਸਾਡੇ ਉਤਪਾਦ ਸੁਰੱਖਿਤ ਅਤੇ ਉੱਚ ਗੁਣਵੱਤਾ ਵਾਲੇ ਹਨ ਇਸ ਲਈ ਚਿੰਤਾ ਦੀ ਕੋਈ ਲੋੜ ਨਹੀਂ ਹੈ ਉਹਨਾਂ ਨੇ ਕਿਹਾ ਕਿ ਸਿੰਗਾਪੂਰ ਦੀ ਫੂਡ ਸੇਫਟੀ ਅਥਾਰਟੀ ਨੇ ਹਾਂਗਕਾਂਗ ਦੁਆਰਾ ਉਠਾਈਆਂ ਗਈਆਂ ਚਿੰਤਾਵਾਂ ਦਾ ਹਵਾਲਾ ਦਿੱਤਾ ਅਧਿਕ ਕੰਪਨੀ ਦੇ ਸਿੰਗapore ਆਯਾਤਕ ਨੂੰ ਅੱਗੇ ਦੀ ਜਾਂਚ ਲਈ ਉਤਪਾਦ ਨੂੰ ਵਾਪਸ ਬੁਲਾਉਣ ਅਤੇ ਸਥਾਈ ਤੌਰ ਤੇ ਰੱਖਣ ਲਈ ਕਿਹਾ ਬੁਲਾਰੇ ਨੇ ਅੱਗੇ ਵੀ ਕਿਹਾ ਕਿ ਇਹ ਇੱਕ ਮਿਆਰੀ ਪ੍ਰਕਿਰਿਆ ਹੈ ਕੋਈ ਪਾਬੰਦੀ ਨਹੀਂ ਹੈ ਐਵਰੇਜ ਦੇ ਸਾਰੇ ਉਤਪਾਦਾਂ ਵਿੱਚ ਸਿਰਫ ਇੱਕ ਹੀ ਟੈਸਟਿੰਗ ਲਈ ਰੱਖਿਆ ਗਿਆ ਹੈ ਭੋਜਨ ਸੁਰੱਖਿਆ ਕੰਪਨੀ ਦੀ ਪ੍ਰਮੁੱਖ ਤਰਜੀਹ ਹੈ ਉਹਨਾਂ ਨੇ ਕਿਹਾ ਕਿ ਸਾਡੇ ਸਾਰੇ ਉਤਪਾਦ ਸਖਤ ਗੁਣਵੱਤਾ ਨਿਯੰਤਰਣ ਜਾਂਚਾਂ ਵਿੱਚੋਂ ਗੁਜ਼ਰਦੇ ਹਨ ਭਾਰਤ ਦੇ ਮਸਾਲੇ ਬੋਰਡ ਦੀਆਂ ਪ੍ਰਯੋਗਸ਼ਾਲਾਵਾਂ ਤੋਂ ਲੋੜਿੰਦੀਆਂ ਮਨਜ਼ੂਰੀਆਂ ਅਤੇ ਪ੍ਰਵਾਨਗੀ ਪ੍ਰਾਪਤ ਕਰਨ ਤੋਂ ਬਾਅਦ ਹੀ ਨਿਰਯਾਤ ਨੂੰ ਮਨਜ਼ੂਰੀ ਦਿੱਤੀ ਜਾਂਦੀ ਹੈ ਆਪਣੇ 5 ਅਪ੍ਰੈਲ ਦੇ ਬਿਆਨ ਵਿੱਚ ਹਾਂਗਕਾਂਗ ਦੇ ਫੂਡ ਸੇਫਟੀ ਰੈਗੂਲੇਟਰ ਸੈਂਟਰ ਫਾਰ ਫੂਡ ਸੇਫਟੀ ਨੇ ਕਿਹਾ ਸੀ ਕਿ ਉਸਦੇ ਦੋ ਭਾਰਤੀ ਬ੍ਰਾਂਡਾਂ ਦੇ ਡੱਬਾਬੰਦ ਮਸਾਲੇ ਉਤਪਾਦਾਂ ਦੀ ਇੱਕ ਕਿਸਮ ਦੇ ਨਮੂਨਿਆਂ ਵਿੱਚ ਕੀਟਨਾਸ਼ਕ ਇਥੀਲਨ ਆਕਸਾਈਡ ਮਨਜ਼ੂਰ ਸੀਮਾ ਤੋਂ ਵੱਧ ਪਾਇਆ ਗਿਆ। ਇਸਨੇ ਖਪਤਕਾਰਾਂ ਨੂੰ ਇਹ ਉਤਪਾਦ ਨਾ ਖਰੀਦਣ ਲਈ ਕਿਹਾ ਸੀਐਫਐਸ ਆਦੇਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੰਗਾਪੁਰ ਫੂਡ ਏਜੰਸੀ ਨੇ ਉਤਪਾਦਾਂ ਨੂੰ ਵਾਪਸ ਮੰਗਵਾਉਣ ਦੇ ਆਦੇਸ਼ ਦਿੱਤੇ ਹਨ ਇਹ ਉਤਪਾਦ ਸਨ ਐਵਰੇਜਡ ਫਿਸ਼ ਕੜੀ ਮਸਾਲਾ ਐਮਡੀਐਚ ਮਦਰਾਸ ਕਰੀ ਪਾਊਡਰ ਅਤੇ MDH ਸਾਂਬਰ ਮਸਾਲਾ ਮਿਕਸਡ ਸਪਾਈਸ ਪਾਊਡਰ ਅਤੇ MDH ਕੜੀ ਪਾਊਡਰ ਮਿਕਸਡ ਸਪਾਈਸ ਪਾਊਡਰ ਇਸ ਸਬੰਧ ਵਿੱਚ ਭਾਰਤ ਦੇ ਸਿੰਗਾਪੂਰ ਅਤੇ ਹਾਂਗਕਾਂਗ ਦੇ ਫੂਡ ਸੇਫਟੀ ਰੈਗੂਲੇਟਰਾਂ ਦੇ ਨਾਲ-ਨਾਲ ਦੋਵਾਂ ਦੇਸ਼ਾਂ ਵਿਚਾਲੇ ਭਾਰਤੀ ਦੂਤਾਵਾਸਾ ਤੋਂ ਵੀ ਮਾਮਲੇ ਦੀ ਜਾਣਕਾਰੀ ਮੰਗੀ ਹੈ ਮੰਜ਼ਰ ਮੰਤਰਾਲੇ ਨੇ MDH ਅਤੇ एवरेस वे एवरेस्ट ਤੋਂ ਵੀ ਵੇਰਵੇ ਮੰਗੇ ਹਨ ਸੋ ਇਹਨਾਂ ਦੋਨਾਂ ਨੂੰ ਲੈ ਕੇ ਹਲੇ ਜਾਂਚ ਜਿਹੜੀ ਹੈ ਚੱਲ ਰਹੀ ਹੈ ਪਰ एवरेस्ट ਵੱਲੋਂ ਭਰੋਸਾ ਦਿਵਾਇਆ ਗਿਆ ਕਿ ਉਹਨਾਂ ਦੇ ਉਤਪਾਦ ਬਿਲਕੁਲ ਸਹੀ ਨੇ ਉਹਨਾਂ ਤੋਂ ਕੋਈ ਨੁਕਸਾਨ ਲੋਕਾਂ ਨੂੰ ਨਹੀਂ ਹੈ ਉਹਨੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਚੱਲੇਗਾ ਕਿ ਜਾਂਚ ਵਿੱਚ ਕੀ ਸਾਹਮਣੇ ਆਉਂਦਾ ਹੈ ਕਿ ਇਹਨਾਂ ਦੇ ਉੱਤੇ ਜਿਹੜੀ ਲੱਗੀ ਪਾਬੰਦੀ ਹਟਾਈ ਜਾਏਗੀ ਕਿ ਇਹਨਾਂ ਨੂੰ ਹਮੇਸ਼ਾ ਲਈ ਬੰਦ ਕਰ ਦਿੱਤਾ ਜਾਵੇਗਾ ਹੁਣ ਗੱਲ ਕਰਦੇ ਹਾਂ ਜੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਜੀ ਹਾਂ ਅਰਵਿੰਦ ਕੇਜਰੀਵਾਲ ਦੀਆਂ ਮੁਸ਼ਕਲਾਂ ਜਿਹੜੀਆਂ ਨੇ ਘਟ ਨਹੀਂ ਹੁੰਦੀਆਂ ਲਗਾਤਾਰ ਵਾਧੀਆਂ ਜਾ ਰਹੀਆਂ ਨੇ ਸੋ ਅਰਵਿੰਦ ਕੇਜਰੀਵਾਲ ਲਗਾਤਾਰ ਕੋਸ਼ਿਸ਼ ਕਰ ਰਹੇ ਨੇ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਨੂੰ ਜ਼ਮਾਨਤ ਮਿਲ ਜਾਏ ਇਸ ਲਈ ਉਹਨਾਂ ਨੇ ਆਪਣੇ 슈ਗਰ ਨੂੰ ਲੈ ਕੇ ਵੀ ਰਿਪੋਰਟ ਦਰਜ ਕਰਾਈ ਸੀ ਕਿ ਉਹਨਾਂ ਨੂੰ ਜ਼ਮਾਨਤ ਮਿਲ ਜਾਏ ਪਰ ਨਹੀਂ ਮਿਲੀ ਦਿੱਲੀ ਦੀ ਇੱਕ ਅਦਾਲਤ ਨੇ ਦਿੱਲੀ ਆਪਕਾਰੀ ਕਪਲੇ ਨਾਲ ਸੰਬੰਧਿਤ ਮਨੀ ਲੌਂਡਰਿੰਗ ਮਾਮਲੇ 'ਚ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ BRS ਨੇਤਾ ਕੇ ਕਵਿਤਾ ਦੀ ਨਿਆਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਹੈ ਰਿਮਾਂਡ ਮਿਆਦ ਗਤਮ ਹੋਣ ਤੇ ਵੀਡੀਓ ਕਾਨਫਰencing ਰਾਹੀਂ ਅਦਾਲਤ ਦੇ ਪੇਸ਼ ਕੀਤੇ ਜਾਣ ਤੋਂ ਬਾਅਦ CBI ਅਤੇ ED ਮਾਮਲਿਆਂ ਦੀ ਵਿਸ਼ੇਸ਼ ਜੱਜ ਕਾਵੇਰੀ 바ਵੇਜਾ ਨੇ ਉਹਨਾਂ ਦੀ ਹਿਰਾਸਤ ਵਧਾ ਦਿੱਤੀ ਹੈ ਜੱਜ ਨੇ CBI ਵੱਲੋਂ ਜਾਂਚ ਕੀਤੇ ਜਾ ਰਹੇ ਸੰਬੰਧਿਤ ਪ੍ਰਚਾਰ ਮਾਮਲੇ 'ਚ ਤੇਲੰਗਨਾ ਐਮਐਲਸੀ ਅਤੇ ਸਾਬਕਾ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਵਦੀਤੀ ਕਵਿਤਾ ਦੀ ਨਿਆਇਕ ਹਿਰਾਸਤ 7 ਮਈ ਤੱਕ ਵਧਾ ਦਿੱਤੀ ਹੈ ਸੋ ਇਹ ਮੁਸ਼ਕਲਾ ਜਿਹੜੀਆਂ ਨੇ ਅਰਵਿੰਦ ਕੇਜਰੀਵਾਲ ਦੀ ਕਦਰ ਵਾਦੀ ਜਾ ਰਹੀ ਹੈ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਸ਼ੂਗਰ ਲੈਵਲ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਇੱਕ ਡਰਾਮਾ ਵੀ ਕੀਤਾ ਸੀ ਐਸਾ ਕਿਹਾ ਜਾ ਰਿਹਾ ਹੈ ਈਡੀ ਵੱਲੋਂ ਇਹ ਕਹਿਣਾ ਸੀ ਕਿ ਅਰਵਿੰਦ ਕੇਜਰੀਵਾਲ ਜਨਮੂਜ ਕੇ ਕੈਰੋ ਖਾਣਾ ਐਸਾ ਮੰਗਵਾਉਂਦੇ ਸੀ ਜਿਸ ਨਾਲ ਉਹਨਾਂ ਦਾ 슈ਗਰ ਲੈਵਲ ਵੱਧ ਜਾਵੇ ਯਾਨੀ ਕਿ ਉਹ ਜੇਲ੍ਹ ਵਿੱਚੋਂ ਪੂਰੀਆਂ ਆਲੂ ਆਂਬ ਵਗੈਰਾ ਔਰ ਮਿਠਾਈਆਂ ਬਹੁਤ ਜ਼ਿਆਦਾ ਮੰਗਾਉਂਦੇ ਸੀ ਔਰ ਰੋਜ਼ਾਨਾ ਉਸ ਨੂੰ ਖਾ ਰਹੇ ਸੀ ਜਿਸ ਨਾਲ ਉਹਨਾਂ ਦਾ 슈ਗਰ ਲੈਵਲ ਵੱਧ ਜਾਵੇ ਔਰ ਉਹਨਾਂ ਨੂੰ ਜ਼ਮਾਨਤ ਮਿਲ ਜਾਵੇ ਮੈਡੀਕਲ ਤੌਰ ਤੇ ਜ਼ਮਾਨਤ ਲੈਣ ਦਾ ਇਹ ਤਰੀਕਾ ਹੁੰਦਾ ਜਿਸ ਨੂੰ ਕੇਜਰੀਵਾਲ ਅਪਣਾ ਚੁੱਕੇ ਨੇ ਪਰ ਇਸ ਤੋਂ ਬਾਅਦ ਉਹਨਾਂ ਨੂੰ ਕਿਹਾ ਗਿਆ ਕਿ ਉਹਨਾਂ ਦੇ ਵਕੀਲ ਵੱਲੋਂ ਕਿਹਾ ਗਿਆ ਕਿ ਉਹਨਾਂ ਨੂੰ ਸ਼ੂਗਰ ਦੀ ਬਿਮਾਰੀ ਹੈ ਔਰ ਉਹਨਾਂ ਨੂੰ ਇਨਸੂਲਿਨ ਤੱਕ ਨਹੀਂ ਦਿੱਤਾ ਜਾ ਰਿਹਾ ਫਿਲਹਾਲ ਉਹਨਾਂ ਨੂੰ ਬੀਤੇ ਦਿਨੀ ਇਨਸੂਲਿਨ ਦੇ ਦਿੱਤਾ ਗਿਆ ਸੀਗਾ ਪਰ ਇਸ ਤੋਂ ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਦੇ ਵਿੱਚ ਹੌਲੀ-ਹੌਲੀ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਇਹ ਸਾਰਾ ਦਾਵਾ ਔਰ ਸਾਰੇ ਦੋਸ਼ ਜਿਹੜੇ ਨੇ ਆਮ ਆਦੀ ਪਾਰਟੀ ਵੱਲੋਂ ਲਗਾਏ ਗਏ ਸੀ ਖਾਸ ਤੌਰ ਤੇ ਅਰਵਿੰਦ ਕੇਜਰੀਵਾਲ ਦੀ ਪਤਨੀ ਵੱਲੋਂ ਲਗਾਏ ਗਏ ਸੀ ਉਸ ਤੋਂ ਬਾਅਦ ਕੋਰਟ ਨੇ ਅਰਵਿੰਦ ਕੇਜਰੀਵਾਲ ਇੱਕ ਹੋਰ ਛੋਟਾ ਜਿਹਾ ਚਟਕਾ ਦਿੱਤਾ ਉਹ ਚਟਕਾ ਸੀ ਕਿ ਕੇਜਰੀਵਾਦੀ ਵੀਡੀਓ ਕਾਨਫਰੈਂਸ ਜਿਹੜੀ ਸੀ ਡਾਕਟਰ ਦੇ ਨਾਲ ਉਸ ਨੂੰ ਵੀ ਰੱਦ ਕਰ ਦਿੱਤਾ ਹੁਣ ਗੱਲ ਕਰਦੇ ਹਾਂ ਉਸ ਬਾਰੇ ਜੋ ਸ਼ਾਇਦ ਭਾਰਤ ਦੇ ਵਿੱਚ ਬਹੁਤ ਜਲਦ ਲਾਗੂ ਵੀ ਹੋ ਸਕਦਾ ਹੈ ਉਹ ਹੈ ਵਿਰਾਸਤ ਟੈਕਸ ਆਖਿਰ ਵਿਰਾਸਤ ਟੈਕਸ ਹੈ ਕੀ ਹੈ ਤੁਹਾਨੂੰ ਦੱਸ ਦਈਏ ਕਿ ਬਹੁਤ ਜ਼ਿਆਦਾ ਅਮੀਰ ਲੋਕ ਜਿਨ੍ਹਾਂ ਦੀ ਬਹੁਤ ਸਾਰਾ ਜ਼ਾਇਦਾਦ ਹੁੰਦੀ ਹੈ ਉਹਨਾਂ ਦੀ ਮੌਤ ਤੋਂ ਬਾਅਦ ਇਹ ਸਾਰੀ ਜ਼ਾਇਦਾਦ ਉਹਨਾਂ ਦੇ ਬੱਚਿਆਂ ਨੂੰ ਮਿਲ ਜਾਂਦੀ ਹੈ ਉਸ ਵਿੱਚ ਕੋਈ ਵੀ ਹਿੱਸਾ ਇੱਧਰ ਉੱਧਰ ਨਹੀਂ ਜਾਂਦਾ ਸਾਰੀ ਦੀ ਸਾਰੀ ਜ਼ਾਇਦਾਦ ਜਿਹੜੀ ਬੱਚਿਆਂ ਨੂੰ ਮਿਲ ਜਾਂਦੀ ਹੈ ਪਰ ਵਿਰਾਸਤ ਟੈਕਸ ਵਿੱਚ ਐਸਾ ਕੁਝ ਨਹੀਂ ਹੈ ਇਸ ਵਿੱਚ ਅੱਧੀ ਪ੍ਰਾਪਰਟੀ ਅੱਧਾ ਟੈਕਸ ਯਾਨੀ ਕਿ ਅੱਧੀ ਪ੍ਰਾਪਰਟੀ ਦਾ ਨੂੰ ਜਨਤਕ ਕਰਨੀ ਪਵੇਗੀ ਜਨਤਾਂ ਨੂੰ ਦੇਣੀ ਪਵੇਗੀ ਅੱਧੀ ਆਪਣੇ ਬੱਚਿਆਂ ਦੇ ਨੇ ਪਾਵੇਗੇ ਭਾਰਤ ਵਿੱਚ ਅਮੀਰ ਅਤੇ ਗਰੀਬ ਤੇ ਕੀਤੀ ਗਈ ਚਰਚਾ ਹਮੇਸ਼ਾ ਤੋਂ ਹੀ ਚਰਚਾ ਦਾ ਵਿਸ਼ਾ ਰਹੀ ਹੈ ਇਸ ਸਬੰਧੀ ਕਈ ਤਰ੍ਹਾਂ ਦੇ ਸਿਆਸੀ ਬਿਆਨ ਹੁੰਦੇ ਰਹਿੰਦੇ ਨੇ ਇਸੇ ਦੌਰਾਨ ਹਾਲੀ ਵਿੱਚ ਇੰਡੀਅਨ ਓਵਰਸੀਜ਼ ਕਾਂਗਰਸ ਦੇ ਪ੍ਰਧਾਨ ਸैम ਪਿਦਰੋਦਾ ਨੇ ਅਮਰੀਕਾ ਦੇ ਸ਼ਿਕਾਗੋ ਵਿੱਚ ਵਿਰਾਸਤੀ ਟੈਕਸੀ ਵਕਾਲਤ ਕਰਦਿਆ ਭਾਰਤ ਵਿੱਚ ਵੀ ਅਜਿਹਾ ਕਾਨੂੰਨ ਲਿਓਨ ਦੀ ਵਕਾਲਤ ਕੀਤੀ ਹੈ ਜਿਸ ਤੋਂ ਬਾਅਦ ਇਹ ਚਰਚਾ ਦਾ ਵਿਸ਼ਾ ਬਣ ਗਈ ਹੈ ਅਜਿਹੇ ਚ ਜ਼ਿਆਦਾਤਰ ਲੋਕਾਂ ਦੇ ਦਿਮਾਗ 'ਚ ਸਵਾਲ ਉੱਠ ਰਿਹਾ ਹੈ ਕਿ ਇਹ ਕਾਨੂੰਨ ਹੈ ਕੀ ਹੈ ਤੇ ਤੁਹਾਨੂੰ ਇਸ ਬਾਰੇ ਦੱਸ ਦਿਆਂ ਕਿ ਆਖਿਰ ਟੈਕਸ ਇਹ ਟੈਕਸ ਹੈ ਕੀ ਹੈ ਯਾਨੀ ਕਿ ਵਿਰਾਸਤ ਟੈਕਸ ਕੀ ਹੁੰਦਾ ਦੱਸਣੇ ਹੋਗਾ ਕਿ ਕਈ ਦੇਸ਼ਾਂ ਵਿੱਚ ਵਿਰਾਸਤ ਵਿੱਚ ਮਿਲੀ ਜੋ ਜਾਇਦਾਦ ਹੁੰਦੀ ਹੈ ਉਸ ਉੱਤੇ ਟੈਕਸ ਲਾਇਆ ਜਾਂਦਾ ਹੈ ਜਿਸ ਨੂੰ ਵਿਰਾਸਤ ਟੈਕਸ ਕਿਹਾ ਜਾਂਦਾ ਹੈ ਇਹ ਟੈਕਸ ਉਸ ਵਿਅਕਤੀ ਨੂੰ ਦੇਣਾ ਪੈਂਦਾ ਜਿਸ ਨੂੰ ਉਹ ਜਾਇਦਾਦ ਮਿਲੀ ਹੈ ਸੰਪਤੀ ਟੈਕਸ ਤੋਂ ਵੱਖਰਾ ਹੈ ਵਿਰਾਸਤੀ ਟੈਕਸ ਜੇ ਤੁਸੀਂ ਵੈਲਥ ਟੈਕਸ ਅਤੇ ਵਿਰਾਸਤੀ ਟੈਕਸ ਨੂੰ ਇੱਕੋ ਜਿਹਾ ਮੰਨ ਰਹੇ ਹੋ ਤਾਂ ਤੁਹਾਨੂੰ ਦੱਸ ਦੇ ਕਿ ਇਹ ਦੋਵੇਂ ਵੱਖ-ਵੱਖ ਹਨ ਜਿੱਥੇ ਜਾਇਦਾਦ ਨੂੰ ਵੰਡਣ ਤੋਂ ਪਹਿਲਾਂ ਹੀ ਇਸ ਤੇ ਸਟੇਟ ਟੈਕਸ ਲਾਇਆ ਜਾਂਦਾ ਹੈ ਜਦਕਿ ਵਿਰਾਸਤੀ ਟੈਕਸ ਸਿੱਧੇ ਤੌਰ ਤੇ ਉਹਨਾਂ ਲੋਕਾਂ ਤੇ ਲਾਇਆ ਜਾਂਦਾ ਹੈ ਜੋ ਜਾਇਦਾਦ ਦੇ ਵਾਰਸ ਹਨ ਅਮਰੀਕੀ ਸਰਕਾਰ ਵੱਡੀਆਂ ਜਾਇਦਾਦਾਂ ਤੇ ਸਿੱਧੇ ਤੌਰ ਤੇ ਜਾਇਦਾਦ ਟੈਕਸ ਲੈਂਦੀ ਹੈ ਪਰ ਜੇ ਇਸ ਜਾਇਦਾਦ ਤੋਂ ਕੋਈ ਆਮਦਨ ਹੁੰਦੀ ਹੈ ਤਾਂ ਉਸ ਤੇ ਵੱਖਰਾ ਆਮਦਨ ਟੈਕਸ ਵੀ ਲਾਇਆ ਜਾਂਦਾ ਹੈ ਸੋ ਇਹ ਇਹਦੀ ਪਰਿਭਾਸ਼ਾ ਵੀ ਤੁਹਾਨੂੰ ਚੰਗੇ ਤਰੀਕੇ ਨਾਲ ਦੱਸ ਦਿਆਂ ਕਿ ਆਖਿਰ ਹੈ ਕੀ ਹੈ ਇੰਡੀਅਨ ਆਵਰਸੀਜ਼ ਕਾਂਗਰਸ ਦੇ ਪ੍ਰਧਾਨ ਸैम ਪਿਦਰੋਦਾ ਨੇ ਅਮਰੀਕਾ ਦੇ ਸ਼ਿਕਾਗੋ ਵਿੱਚ ਇਹ ਕਿਹਾ ਕਿ ਅਮਰੀਕਾ ਵਿੱਚ ਵਿਰਾਸਤੀ ਟੈਕਸ ਲਗਾਇਆ ਜਾਂਦਾ ਹੈ ਜੇ ਕਿਸੇ ਕੋਲ 100 ਮਿਲੀਅਨ ਡਾਲਰ ਦੀ ਜਾਇਦਾਦ ਹੈ ਅਤੇ ਜਦੋਂ ਉਹ ਮਰਦਾ ਹੈ ਤਾਂ ਉਹ ਵਿਅਕਤੀ ਆਪਣੇ ਬੱਚਿਆਂ ਨੂੰ ਸਿਰਫ 45% ਹੀ ਟ੍ਰਾਂਸਫਰ ਕਰ ਸਕਦਾ ਹੈ। ਉਹਨਾਂ ਨੇ ਅੱਗੇ ਕਿਹਾ ਕਿ 55% ਸਰਕਾਰ ਦੁਆਰਾ ਹੜਪ ਲਈ ਜਾਂਦੀ ਹੈ। ਇਹ ਇੱਕ ਦਿਲਚਸਪ ਕਾਨੂੰਨ ਹੈ ਜਿਹੜਾ ਕਹਿੰਦਾ ਹੈ ਕਿ ਤੁਸੀਂ ਆਪਣੀ ਪੀੜ੍ਹੀ ਵਿੱਚ ਦੌਲਤ ਬਣਾਈ ਅਤੇ ਹੁਣ ਤੁਸੀਂ ਜਾ ਰਹੇ ਹੋ ਤੁਹਾਨੂੰ ਆਪਣੀ ਦੌਲਤ ਜਨਤਾ ਲਈ ਛੱਡਣੀ ਚਾਹੀਦੀ ਹੈ। ਸਾਰੀ ਨਹੀਂ ਅੱਧੀ। ਉਹਨਾਂ ਨੇ ਕਿਹਾ ਕਿ ਮੈਨੂੰ ਇਹ ਨਿਰਪੱਖ ਕਾਨੂੰਨ ਪਸੰਦ ਹੈ। ਸੈਮ ਨੇ ਅੱਗੇ ਕਿਹਾ ਕਿ ਹਾਲਾਂਕਿ ਤੁਹਾਡੇ ਕੋਲ ਭਾਰਤ ਵਿੱਚ ਇਹ ਨਹੀਂ ਹੈ ਜੇ ਕਿਸੇ ਦੀ ਦੌਲਤ 10 ਅਰਬ ਹੈ ਅਤੇ ਉਹ ਮਰ ਜਾਂਦਾ ਹੈ ਉਸੇ ਬੱਚਿਆਂ ਨੂੰ 10 ਅਰਬ ਮਿਲ ਜਾਂਦੇ ਹਨ ਆਧੇ ਜਨਤਾ ਨੂੰ ਕੁਝ ਨਹੀਂ ਮਿਲਦਾ ਇਸ ਲਈ ਲੋਕਾਂ ਨੂੰ ਅਜਿਹੇ ਮੁੱਦਿਆਂ ਤੇ ਬਹਿਸ ਕਰਨੀ ਚਾਹੀਦੀ ਹੈ ਉਹਨਾਂ ਨੇ ਇਹ ਵੀ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਅੰਤ ਵਿੱਚ ਇਸ ਦਾ ਕੀ ਨਤੀਜਾ ਨਿਕਲੇਗਾ ਪਰ ਜਦੋਂ ਅਸੀਂ ਦੌਲਤ ਦੀ ਮੁੜਵੰਡ ਦੀ ਗੱਲ ਕਰਦੇ ਹਾਂ ਅਸੀਂ ਨਵੀਆਂ ਨੀਤੀਆਂ ਅਤੇ ਨਵੇਂ ਪ੍ਰੋਗਰਾਮਾਂ ਦੀ ਗੱਲ ਕਰ ਰਹੇ ਹਾਂ ਜੋ ਲੋਕਾਂ ਦੇ ਹਿੱਤ ਵਿੱਚ ਹਨ ਨਾ ਕਿ ਸਿਰਫ অতি ਅਮੀਰਾਂ ਦੇ ਹਿੱਤ ਵਿੱਚ ਹੁਣ ਗੱਲ ਕਰਦੇ ਹਾਂ ਪੰਜਾਬ ਦੀ ਸਿਆਸਤ ਦੀ ਜੋ ਅਜੇ ਹੋਰ ਵੀ ਟੁੱਟ ਪੱਜ ਸਕਦੀ ਹੈ ਪਿਛਲੇ 1 ਹਫਤੇ ਚ ਕਈ ਦਿਗਜ ਆਗੂਆਂ ਨੇ ਆਪਣੀਆਂ ਆਪਣੀਆਂ ਪਾਰਟੀਆਂ ਨੂੰ ਅਲਵਿਦਾ ਕਹਿੰਦੇ ਹੋਏ ਪਾਲਾ ਬਦਲ ਲਿਆ ਪੰਜਾਬ ਚ ਲੋਕ ਸਭਾ ਦੀਆਂ 13 ਸੀਟਾਂ ਲਈ ਵੋਟਾਂ ਇੱਕ ਜੂ ਨੂੰ ਪੈਣੀਆਂ ਹਨ ਅਤੇ ਲੰਬੀ ਚੋਣ ਪ੍ਰਕਿਰਿਆ ਹੋਣ ਦੇ ਕਾਰਨ ਦਲ ਬਦਲ ਨੂੰ ਲਗਾਤਾਰ ਹੁਲਾਰਾ ਮਿਲ ਰਿਹਾ ਹੈ ਸਿਆਸੀ ਪਾਰਟੀਆਂ ਨੂੰ ਚੋਣਾਂ ਲੜਨ ਦੇ ਲਈ ਆਗੂਆਂ ਦੀ ਘਾਟ ਮਹਿਸੂਸ ਹੋ ਰਹੀ ਹੈ ਆਮ ਆਦੀ ਪਾਰਟੀ ਨੇ ਜਿੱਥੇ ਇੱਕ ਪਾਸੇ ਸਾਰੀਆਂ 13 ਸੀਟਾਂ ਤੇ ਆਪਣੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਤਾਂ ਉੱਥੇ ਹੀ ਵਿਰੋਧੀ ਪਾਰਟੀਆਂ ਭਾਜਪਾ ਕਾਂਗਰਸ ਅਤੇ ਅਕਾਲੀ ਦਲ ਅਜੇ ਵੀ ਉਮੀਦਵਾਰਾਂ ਦੀ ਚੋਣ ਕਰਨ 'ਚ ਲੱਗੀਆਂ ਹੋਈਆਂ ਹਨ ਇਸ ਸਮੇਂ ਸੱਤਵੜ੍ਹ ਸਿਆਸੀ ਠਮਾਕੇ ਕਾਂਗਰਸ 'ਚ ਹੋ ਰਹੇ ਹਨ ਮੁੱਖ ਮੰਤਰੀ ਭਗਵੰਤ ਮਾਨ ਵੀ ਲਗਾਤਾਰ ਵਕ ਵਕ ਆਗੂਆਂ ਨੂੰ ਆਮ ਆਦੀ ਪਾਰਟੀ 'ਚ ਲਿਓਂਜ ਲੱਗੇ ਹੋਏ ਹਨ ਪੰਜਾਬ 'ਚ ਚੋਣ ਨੋਟੀਫਿਕੇਸ਼ਨ ਮਈ ਦੇ ਪਹਿਲੇ ਹਫ਼ਤੇ 'ਚ ਜਾਰੀ ਹੋਣਾ ਹੈ ਜਿਸ 'ਚ ਅਜੇ ਵੀ ਕਾਫੀ ਸਮਾਂ ਬਾਕੀ ਹੈ ਇਸ ਲਈ ਸਿਆਸੀ ਸੀ ਹਲਕਿਆ ਚ ਕਿਹਾ ਜਾ ਰਿਹਾ ਹੈ ਕਿ ਪੰਜਾਬ ਦੀ ਸਿਆਸਤ ਚ ਅਜੇ ਟੁੱਟ ਭੱਜ ਦਾ ਕਾਰਜ ਬਾਕੀ ਹੈ ਅਤੇ ਇਸ ਲਈ ਵਕ ਵਕ ਸਿਆਸੀ ਆਗੂ ਇੱਕ ਦੂਜੇ ਨਾਲ ਸੰਪਰਕ ਕਰਨ ਚ ਲੱਗੇ ਹੋਏ ਹਨ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਾਂਗਰਸ ਦੇ ਇੱਕ ਦੋ ਵੱਡੇ ਆਗੂ ਆਉਣ ਵਾਲੇ ਦਿਨਾਂ ਚ ਪਾਲਾ ਬਦਲ ਸਕਦੇ ਹਨ। ਇਹ ਆਗੂ ਪਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਕਰ ਦੇ ਸੰਪਰਕ ਚ ਦੱਸੇ ਜਾ ਰਹੇ ਹਨ। ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੁਝ ਵੀ ਹੋ ਸਕਦਾ ਹੈ ਆਵਾਦੀ ਪਾਰਟੀ ਦੇ ਅੰਦਰ ਵੀ ਚਰਚਾ ਚੱਲ ਰਹੀ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਕੁਝ ਹੋਰ ਆਗੂਆਂ ਨੂੰ ਆਪ ਚ ਸ਼ਾਮਲ ਕਰ ਸਕਦੇ ਹਨ ਇਸ ਲਈ ਕਈ ਵਿਰੋਧੀ ਆਗੂਆਂ ਨੇ ਮੁੱਖ ਮੰਤਰੀ ਤੇ ਉਹਨਾਂ ਦੇ ਨੇੜੇ ਲਿਆ ਨਾ ਸੰਪਰਕ ਬਣਾਇਆ ਹੋਇਆ ਹੈ ਔਰ ਇਸ ਤੋਂ ਬਾਅਦ ਹੁਣ ਇਹ ਦੇਖਣਾ ਹੋਵੇਗਾ ਕਿ ਚੋਣ ਤੋਂ ਪਹਿਲਾਂ ਯਾਨੀ ਕਿ ਵੋਟਾਂ ਤੋਂ ਪਹਿਲਾਂ ਕਿਹੜੀ ਕਿਹੜੀ ਪਾਰਟੀ ਜਿਹੜੀ ਹੈ ਉਹ ਆਪਣੇ ਬਦਲ ਕਰਦੀ ਹੈ ਫਿਰ ਬਦਲ ਕਰਦੀ ਹੈ ਕਿ ਇਸ ਪਾਰਟੀ ਵਿੱਚ ਕਿਹੜਾ ਕੋ ਸ਼ਾਮਲ ਹੁੰਦਾ ਹੈ ਸੋ ਫਿਲਹਾਲ ਤਾਂ ਕਾਂਗਰਸ ਪਾਰਟੀ ਇੱਕ ਐਸੀ ਪਾਰਟੀ ਹੈ ਜਿਸ ਨੂੰ ਵੱਡੇ ਝਟਕੇ ਲੱਗ ਰਹੇ ਹਨ ਹੋਰ ਅੱਗੇ ਜਾ ਕੇ ਇਸ ਸਮਾਂ ਹੋਰ ਵੀ ਬਦਲ ਸਕਦਾ ਹੈ ਯਾਨੀ ਕਿ ਪਾਰਟੀਆਂ ਦੇ ਵਿੱਚ ਆਗੂ ਜਿਹੜੇ ਨੇ ਉਹ ਅਦਲ ਬਦਲ ਹੋ ਸਕਦੇ ਨੇ ਫਿਲਹਾਲ ਅਜੇ ਪ੍ਰੋਗਰਾਮ ਖਬਰਾਂ ਨਾਮ ਦੇ ਵਿੱਚ ਨਹੀਂ ਹੋਰ ਅਪਡੇਟਸ ਨਾਲ ਜੁੜੇ ਰਹਿੰਦੇ ਲਈ ਤੁਸੀਂ ਬਨੇ ਰਹੋ ਪੰਜਾਬੀ ਯੂਐਸਟੀਵੀ ਦੇ ਨਾਲ ਸਰਵੀ ਸ਼ਰਮਨ ਦਾ ਇਜਾਜ਼ਤ ਅਗਲੇ ਹਫ਼ਤੇ ਪੋਤ ਪੋਤਾਂ ਬਾਤ